ਅੱਜ ਤੋਂ ਸਦੀਆਂ ਪਹਿਲਾਂ ਆਗੇ ਸੀ ਹਾਲਾਂਕਿ ਉਦੋਂ ਕੋਈ ਫੈਕਟਰੀ ਹਵਾ ਦੇ ਵਿੱਚ ਕਾਲਾ ਧੂਆਂ ਨਹੀਂ ਛੱਡਦੀ ਸੀ ਕੋਈ ਇੰਡਸਟਰੀ ਗੰਦਾ ਪਾਣੀ ਧਰਤੀ ਦੇ ਵਿੱਚ ਡੰਪ ਨਹੀਂ ਕਰਦੀ ਸੀ ਤੇ ਉਦੋਂ ਕੋਈ ਸਪਰੇਆ ਵੀ ਹੁੰਦੀਆਂ ਨਹੀਂ ਸੀ ਪੈਸਟੀਸਾਈਡ ਵਗੈਰਾ ਕਿ ਧਰਤੀ ਦੂਸ਼ਿਤ ਹੋਵੇ ਪਰ ਗੁਰੂ ਸਾਹਿਬ ਕਿਉਂਕਿ ਉਹਨਾਂ ਨੂੰ ਅਗਲੇ ਆਉਣ ਵਾਲੇ ਜ਼ਮਾਨਿਆਂ ਦਾ ਪਤਾ ਸੀ ਕਿ ਆਹ ਹੋਣਾ ਸੋ ਸਾਨੂੰ ਇਹ ਨਸੀਹਤ ਦੇ ਕੇ ਗਏ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਪਰਬੱਦ ਕਿਸਮਤੀ ਸਾਡੀ ਹੈ ਕਿ ਅਸੀਂ ਇਹ ਤਿੰਨੇ ਦਰਜੇ ਕਾਇਮ ਨਹੀਂ ਰੱਖ ਸਕੇ ਪਰ ਆਪਾ ਕੋਸ਼ਿਸ਼ ਹੁਣ ਸ਼ੁਰੂ ਕਰਨੀ ਹੈ ਜਿੰਨੇ ਵੀ ਇਸ ਵਕਤ ਮੇਰੇ ਸਟੇਜ ਦੇ ਉੱਤੇ ਮੇਰੇ ਕੈਬਿਨੇਟ ਦੇ ਸਾਥੀ ਡਾਕਟਰ ਇੰਦਰਬੀ ਨੇਜਰ ਜੀ ਲੁਧਿਆਣਾ ਸ਼ਹਿਰ ਦੇ ਐਮਐਲਏ ਸਹਿਬਾਨ ਸਾਨੇਵਾਲ ਤੋਂ ਖੰਨੇ ਤੋਂ ਸਮਰਾਲੇ ਤੋਂ ਰਾਏਕੋਟ ਤੋਂ ਐਮਐਲਏ ਸਹਿਬਾਨ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਔਰ ਇਸ ਜਿੱਥੇ ਜੇ ਸਾਲ ਕੇ ਚ ਆਪਾਂ ਖੜੇ ਆ ਲੁਧਿਆਣਾ ਪੂਰਬੀ ਤੋਂ ਹਰਮਨ ਪਿਆਰੇ ਤੁਹਾਡੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਮੈਂ ਨਾਲ ਦੀ ਨਾਲ ਲੁਧਿਆਣੇ ਦਾ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾ ਮਾਨਯੋਗ ਕਮਿਸ਼ਨਰ ਪੁਲਿਸ ਤੇ ਉਹਨਾਂ ਦੇ ਸਾਰੇ ਅਧਿਕਾਰੀगण ਵਾਟਰ ਐਂਡ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਸਾਰੇ ਤੇ ਬਹੁਤ ਹੀ ਛੋਟੇ ਜਿਹੇ ਸੱਦੇ ਤੇ ਆਪਣੇ ਇਲਾਕੇ ਦੀ ਨਿਹਾਰ ਬਦਲ ਨੂੰ ਅੱਖੀਂ ਦੇਖਣ ਆਏ ਜਿੰਨੇ ਵੀ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਤੁਸੀਂ ਪਹੁੰਚਿਓ ਸਾਰਿਆਂ ਤੋਂ ਮਾਵਾ ਪੈਣਾ ਵੀ ਪਹੁੰਚੇ ਹੋਈਆਂ ਨੇ ਸਭ ਤੋਂ ਵੱਧ ਮੈਂ ਤੁਹਾਡਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਣ ਵੇਲੇ ਕਿਹਾ ਗਿਆ ਹੈ ਕਿ ਦੌੜ ਇੰਨੀ ਲੰਬੀ ਹੋ ਗਈ ਐਨਾ ਅੱਖਾਂ ਚੁੰਧਿਆ ਗਈਆਂ ਪਦਾਰਥਕਵਾਦੀ ਹੋ ਗਈ ਸੋਚ ਪ੍ਰੋਫਿਟ ਕਮਾਉਣ ਚ ਪੈਸੇ ਕਮਾਉਣ ਚ ਐਨਾ ਜ਼ਿਆਦਾ ਸੁਰਤ ਭੁੱਲ ਬੈਠੇ ਕਿ ਪਤਾ ਹੀ ਨਹੀਂ ਲੱਗਿਆ ਕਿ ਗਊ ਘਾਟ ਕੋਲ ਦੀ ਗੁਰਦੁਆਰਾ ਸਾਹਿਬ ਕੋਲ ਦੀ ਜਾਨ ਵਾਲਾ ਜਿਹੜਾ ਪੁੱਡਾ ਦਰਿਆ ਸੀ ਉਹ ਕਦੋਂ ਗੰਦਾ ਨਾਲਾ ਬਣ ਗਿਆ ਸਰਕਾਰਾਂ ਦੀਆਂ ਅੰਗੈਲੀਆਂ ਰਹੀਆਂ ਬੜੀ ਬਾਰ ਪੈਸੇ ਨਾਉਂਸ ਹੋਏ ਬਰੀ ਬਾਰ ਇੱਥੇ ਤੁਸੀਂ ਵੀ ਆਏ ਹੋਗੇ ਤਾੜੀਆਂ ਵੀ ਵੱਜੀਆਂ ਪੱਥਰ ਵੀ ਲਾਏ ਗਏ ਪਰ ਉਹ ਪੱਥਰ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਤਾੜੀਆਂ ਬੇਕਾਰ ਹੋ ਗਈਆਂ ਤਮਾਸ਼ਾ ਖਤਮ ਪੈਸਾ ਹਜ਼ਮ ਉਹ ਗਮ ਚੱਲਦਾ ਰਿਹਾ ਕਿਸੇ ਨੇ ਇਸ ਇਲਾਕੇ ਦੇ ਗਰੀਬਾਂ ਦੇ ਬੱਚਿਆਂ ਦੀ ਸਿਹਤ ਬਾਰੇ ਨਹੀਂ ਸੋਚਿਆ ਇਸ ਇਲਾਕੇ ਦੇ ਲੋਕਾਂ ਦੀ ਸਿਹਤ ਬਾਰੇ ਨਹੀਂ ਸੋਚਿਆ ਕਿ ਕਾਲੇ ਰੰਗ ਦਾ ਪਾਣੀ ਕਿੰਨੀ ਗੰਦਗੀ ਇਹ ਇਲਾਕਾ ਜਿਹੜਾ ਚੱਲ ਰਿਹਾ ਹੈ ਕਿਸੇ ਨੇ ਨਹੀਂ ਸੋਚਿਆ ਆਜ਼ਾਦੀ ਦੇ ਸੰਗਰਾਮ ਵੇਲੇ ਜਿਹੜੇ ਇਨਕਲਾਬੀ ਸੀ ਜਿਹੜੇ ਬਹੁਤ ਜ਼ਿਆਦਾ ਸਰਗਰਮ ਇਨਕਲਾਬੀ ਸੀ ਅੰਗਰੇਜ਼ਾਂ ਦੀਆਂ ਅੱਖਾਂ 'ਚ ਰੜਕਦੇ ਸੀ ਉਹਨਾਂ ਨੂੰ ਫਿਰ ਉਹ ਕਾਲੇ ਪਾਣੀ ਦੀ ਸਜ਼ਾ ਦੇ ਦਿੰਦੇ ਸੀ ਅੰਡੇਮਾਨ ਨਿਕੋਬਾਰ ਨੂੰ ਕਾਲੇ ਪਾਣੀ ਕਹਿੰਦੇ ਆ ਜਿੱਥੇ ਜਾ ਕੇ ਤੁਸੀਂ ਪੱਥਰਾਂ ਦੇ ਉੱਤੇ ਨਾਮ ਦੇਖੋਗੇ 95% ਪੰਜਾਬੀਆਂ ਦੇ ਨਾਮ ਨੇ ਉੱਥੇ ਭੇਜ ਦਿੰਦੇ ਸੀ ਆਪਣੇ ਬਜ਼ੁਰਗ ਵੀ ਕਹਿੰਦੇ ਸੀ ਫਲਾਣੇ ਨੂੰ ਤਾਂ ਕਾਲੇ ਪਾਣੀ ਦੀ ਸਜ਼ਾ ਹੋਗੀ ਅੰਗਰੇਜ਼ ਇਨਕਲਾਬੀਆਂ ਨੂੰ ਜਾਂ ਦੇਸ਼ ਭਗਤਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਦਿੰਦੇ ਸੀ ਤੇ ਸਾਡੀਆਂ ਸਰਕਾਰਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਕਾਲੇ ਪਾਣੇ ਦੀ ਸਜ਼ਾ ਦੇ ਰੱਖੀ ਆ ਘਰ ਘਰ ਕਾਲਾ ਪਾਣੀ ਪਹੁੰਚਾ ਰਹੇ ਆ ਕਿਤੇ ਭੇਜਣ ਦੀ ਲੋੜ ਨਹੀਂ ਹੈਗੀ ਹੋਮ ਡਿਲੀਵਰੀ ਦਿੱਤੀ ਹੋਮ ਡਿਲੀਵਰੀ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਜੋ ਜੋ ਪਾਰਲੀਮੈਂਟ 'ਚ ਬੋਲਿਆ ਰਿਕਾਰਡ ਤੇ ਪਿਆ ਮੈਂ ਬਦਲ ਨਹੀਂ ਸਕਦਾ YouTube ਤੇ ਜਾ ਕੇ ਦੇਖ ਲਿਓ ਪਾਰਲੀਮੈਂਟ ਦੇ ਵਿੱਚ ਜੋ ਜੋ ਬੋਲਿਆ ਜਦੋਂ ਤੁਸੀਂ ਮੈਨੂੰ ਆਪਣਾ ਵਿਸ਼ਵਾਸ ਦੇ ਕੇ ਆਪਣਾ ਪਿਆਰ ਦੇ ਕੇ ਡਿਸੀਜਨ ਮੇਕਰ ਵਾਲੀ ਕੁਰਸੀ ਤੇ ਬਿਠਾਇਆ ਤਾਂ ਮੈਂ ਉਹੀ-ਉਹੀ ਨਿਭਾ ਰਿਹਾ ਕਿਉਂਕਿ ਮੈਂ ਪਾਰਲੀਮੈਂਟ 'ਚ ਵੀ ਜਨਤਾ ਬਣ ਕੇ ਹੀ ਜਾਂਦਾ ਸੀ ਮੈਂ ਲੀਡਰ ਬਣ ਕੇ ਨਹੀਂ ਜਾਂਦਾ ਸੀ ਪਾਰਲੀਮੈਂਟ 'ਚ ਇਹਨਾਂ ਵਾਂਗੂ ਨਹੀਂ ਹੈਗਾ ਪਾਰਲੀਮੈਂਟ 'ਚ ਕੁਝ ਹੋਰ ਬੋਲੀ ਜਾਓ ਬਾਰ ਆਕੇ ਕੁਝ ਹੋਰ ਦੱਸੀ ਜਾਓ ਅੰਦਰੋਂ ਸਾਇਨ ਕੁਝ ਹੋਰ ਕਰੀ ਜਾਓ ਬਾਰ ਆਕੇ ਕੁਝ ਹੋਰ ਦੱਸੀ ਜਾਓ ਪਾਰਲੀਮੈਂਟ ਚ ਮੈਂ ਬੋਲਿਆ ਸੀ ਕਿ ਬੁੱਢਾ ਨਾਲਾ ਜਿਹੜਾ ਹੈ ਇਹ ਸਤਲੋਜ ਦੇ ਪਾਣੀ ਨੂੰ ਕਾਲੇ ਰੰਗ ਦਾ ਕਰ ਦਿੰਦਾ ਤੇ ਇਸ ਤੋਂ ਬਾਅਦ ਵੀ ਜਾਂਦੇ ਜਾਂਦੇ ਇਹ ਪਾਣੀ ਕਾਲਾ ਹੁੰਦਾ ਹੁੰਦਾ ਸਾਰਾ ਸ਼ਹਿਰਾਂ ਦਾ ਗੰਦ ਇਹਦੇ ਵਿੱਚ ਡਿੱਗਦਾ ਡਿੱਗਦਾ ਇਹ ਜਾਂਦਾ ਹੈ ਫਾਜ਼ਿਲ ਕਾ ਤੇ ਫਾਜ਼ਿਲਕਾ ਦੇ ਇਲਾਕੇ 'ਚ ਕਦੇ ਤੁਸੀਂ ਜਾਓਗੇ ਮੇਰੇ ਨਾਲ ਮੈਂ ਤਾਂ 2008-9 ਦਾ ਜਾਨਣਾ ਜਦੋਂ ਮੈਂ ਰਾਜਨੀਤੀ 'ਚ ਵੀ ਨਹੀਂ ਸੀਗਾ ਉਹਨਾਂ ਪਿੰਡਾਂ ਦੀ ਹਾਲਤ ਦੇਖਣ ਲਈ ਹੈ ਦੋਨਾ ਨਾਨਕਾ ਤੇਜਾ ਰਹਿੇਲਾ ਚੰਗੜ ਪੈਣੀ ਮਹਾਤਮ ਨਗਰ ਰੇਤੇ ਵਾਲੀ ਪੈਣੀ ਬਹੁਤ ਸਾਰੇ ਪਿੰਡ ਨੇ ਜਿੱਥੇ ਨਲਕਿਆਂ 'ਚੋਂ ਪਾਣੀ ਰੰਗ ਜਿਹੜਾ ਕਾਲੇ ਰੰਗ ਦਾ ਹੁੰਦਾ ਹੈ ਉਹੀ ਪੀਣਾ ਪੈਂਦਾ ਤੁਸੀਂ ਹੈਰਾਨ ਹੋ ਜਾਓਗੇ ਉੱਥੋਂ ਦੀਆਂ ਕਹਾਣੀਆਂ ਸੁਣ ਕੇ ਕਿ ਜਦੋਂ ਬੱਚਾ ਪੈਦਾ ਹੋਣਾ ਹੁੰਦਾ ਤਾਂ ਉੱਥੇ ਖਡਾਉਣੇ ਨਹੀਂ ਲਿਆਂਦੇ ਜਾਂਦੇ ਵੀਲਚੇਅਰ ਲਿਆਂਦੀ ਜਾਂਦੀ ਹੈ ਹਰ ਘਰ ਚ ਵੀਲਚੇਅਰ ਹੈ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਪਾਣੀ ਕਰਕੇ 5-6 ਸਾਲ ਦੀ ਉਮਰ ਦੇ ਬੱਚਿਆਂ ਦੇ ਵਾਲ ਚਿੱਟੇ ਰੰਗਦੇ ਤੀਜੀ ਚੌਥੀ ਜਾਣ ਵਾਲੀਆਂ ਸਾਡੀਆਂ ਬੱਚੀਆਂ ਕਾਲੇ ਰੰਗ ਕਾਲੇ ਵਾਲ ਕਰਕੇ ਜਾਂਦੀਆਂ ਸਕੂਲ 'ਚ ਜੇ 7 7-8 ਸਾਲ ਦੀ ਬੱਚੀ ਦੇ ਵਾਲ ਚਿੱਟੇ ਹੋਣਗੇ ਕਿਹੋ ਜਿਹੀ ਲੱਗੂਗੀ ਉਹ ਤੇ ਇਲਾਕਾ ਕਿਹਦਾ ਸੀ ਉਹ ਜਿਸ ਵੇਲੇ ਪਾਣੀ ਇਹ ਖਰਾਬ ਚੱਲ ਰਿਆ ਸੀ ਇਲਾਕਾ ਕਿਹਦਾ ਸੀ ਜਲਾਲਾਬਾਦ ਹਲਕੇ ਚ ਪੈਂਦੇ ਸੀ ਪਿੰਡੋ ਕਿਹਦਾ ਇਲਾਕਾ ਸੀ ਸੁਖਬੀਰ ਬਾਦਲ ਦਾ ਨਾਲ ਹੀ ਖੱਬੇ ਲੰਬੀ ਐ ਉਹਦੇ ਬਾਪੂ ਦਾ ਤੇ ਇਹੇ ਬਣਦੇ ਪੰਜਾਬ ਦੇ ਵਾਰਿਸ ਇਹ ਕਹਿੰਦੇ ਅਸੀਂ ਅਸੀਂ ਪੰਜਾਬ ਸਾਡਾ ਹੀ ਐ ਹੁਣ ਅਸੀਂ ਜੋ ਕਰਤਾ ਪੰਜਾਬ ਲਈ ਬਸ ਉਹੀ ਕਰਤਾ ਹੁਣ ਹੋਰ ਕੁਝ ਨਹੀਂ ਕਰ ਸਕਦਾ ਕੋਈ ਇਹ ਪ੍ਰੋਜੈਕਟ ਬਾਰੇ ਮੈਂ ਦੱਸਦਾ মিডিਆ ਬੈਠਾ ਹੈ 650 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਜਦੋਂ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਇਹ ਕਹਿ ਰਹੇ ਸੀ ਕਿ ਲੋਕਾਂ ਦਾ ਪੈਸਾ ਲੋਕਾਂ ਤੇ ਲਾਵਾਂਗੇ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਲੋਕ ਟੈਕਸ ਦਿੰਦੇ ਨੇ ਤਾਂ ਲੋਕਾਂ ਦਾ ਟੈਕਸ ਜਿਹੜਾ ਇਕੱਠਾ ਕੀਤਾ ਹੋਇਆ ਉਹ ਲੋਕਾਂ ਨੂੰ ਬਿਜਲੀ ਦੇ ਰੂਪ ਚ ਸੜਕਾਂ ਦੇ ਰੂਪ ਚ ਆ ਗੰਦੇ ਪਾਣੀ ਨੂੰ ਸਾਫ਼ ਕਰਨ ਦੇ ਰੂਪ ਚ ਨਹਿਰਾਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਹੈਲਥ ਜਿਹੜਾ ਹਸਪਤਾਲਾਂ ਦੇ ਰੂਪ 'ਚ ਮਹੱਲਾ ਆਮ ਆਦਮੀ ਕਲੀਨਿਕ ਦੇ ਰੂਪ 'ਚ ਮਿਲਣਾ ਚਾਹੀਦਾ ਉਹ ਪੈਸਾ ਜਿਹੜਾ ਟੈਕਸ ਤੁਸੀਂ ਦਿੰਦੇ ਹੋ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਇਹਦੇ 'ਚੋਂ ਜਿਹੜਾ ਪੈਸਾ ਆਇਆ ਦੋ ਸਕੀਮਾਂ 'ਚ ਆਇਆ ਇੱਕ ਅਮਰਤ ਸਕੀਮ ਹੈ ਮੈਂ ਸਾਰਾ ਦੱਸ ਦੇਣਾ 400 ਕਰੋੜ ਰੁਪਈਆ 'ਚੋਂ ਸੈਂਟਰ ਦਾ ਆਇਆ 267 ਕਰੋੜ ਰੁਪਈਆ ਪੰਜਾਬ ਦਾ ਹਿੱਸਾ ਹੈ ਸੈਂਟਰ ਵਾਲਾ ਵੀ ਆਪਣਾ ਹੀ ਹੈ ਇਨੋਂ ਬਗਾਨਾ ਨਾ ਸਮਝਿਓ ਇਹ ਵੀ ਲੋਕਾਂ ਦਾ ਹੀ ਹੈ ਆਪਾਂ ਜੀਐਸਟੀ 260 ਕਿੰਚਾ ਆਇਆ ਹੈ ਸਾਰਾ ਬਾਕੀ ਪੰਜਾਹ ਨਹੀਂ 400 ਕਰੋੜ ਰੁਪਏ ਟੋਟਲ ਹੈ ਜੋ ਹਜੇ ਤੱਕ ਆਇਆ ਉਹ ਵੀ ਦਸੂਗਾ ਫਿਰ ਸਮਾਰਟ ਸਕੀਮ ਹੈ ਸਮਾਰਟ ਸਿਟੀ 250 ਕਰੋੜ ਰੁਪਿਆ ਟੋਟਲ ਲੁਧਿਆਣੇ ਦਾ ਅਲਾਟਮੈਂਟ ਹੈ 125 ਕਰੋੜ ਰੁਪਿਆ ਉਹ ਚੋਂ ਅੱਧ 50-50 ਹੁੰਦਾ ਹੈ ਤਦ ਪੰਜਾਬ ਸਰਕਾਰ ਦਾ ਹਿੱਸਾ ਹੈ ਇਹ 650 ਕਰੋੜ ਦਾ ਪ੍ਰੋਜੈਕਟ ਹੈ ਇਹ ਜੋ 392 ਕਰੋੜ ਜਿਹੜਾ ਸ਼ੇਅਰ ਸਾਡਾ ਪੰਜਾਬ ਦਾ ਹੈ ਤੇ ਸੈਂਟਰ ਨੇ 258 ਕਰੋੜ ਰੁਪਇਆ ਹੁਣ ਤੱਕ ਭੇਜਿਆ ਹੈ ਉਮੀਦ ਹੈ ਕਿ ਜੇ ਅਡਾਨੀ ਹੋਰੀ ਬੈਂਕ ਲੁੱਟ ਕੇ ਨਾ ਗਏ ਤਾਂ ਇਹ ਮਿਲ ਜੂ ਆਪਾਂ ਨੂੰ ਤੇ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ 320 ਕਰੋੜ 80 ਲੱਖ ਰੁਪਇਆ ਅਗਲੇ 10 ਸਾਲਾਂ 'ਚ ਇਦੀ ਮੇਨਟੇਨੈਂਸ ਤੇ ਲਾਉਣਾ ਜੀ ਇਹਨੂੰ ਕਾਇਮ ਵੀ ਰੱਖਣਾ ਕੱਲਾ ਚਲਾਉਣਾ ਨਹੀਂ ਸੋਚ ਦੱਬ ਕੇ ਓਵਰ ਆਲਿੰਗ ਵੀ ਕਰਨੀ ਐ ਆਪਾਂ ਵੀ ਗੱਡੀ ਦੀ ਸਰਵਿਸ ਕਰਾਉਣ ਜਾਂਦੇ ਆ ਨਾ ਤੇ ਮਿਊਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਉਹ ਕਾਰਪੋਰੇਸ਼ਨ ਕੀਦੇ ਹੱਥਾਂ 'ਚ ਹੋਊਗੀ ਇਹ ਤਾਂ ਤੁਸੀਂ ਦੱਸੋਗੇ ਤੇ ਇਹ ਜਿਹੜੇ 225 ਐਮ ਐਲ ਡੀ ਦਾ ਜਿਹੜਾ ਨਵਾਂ ਐਸ ਟੀ ਪੀ ਸੀਵਰੇਜ ਟਰੀਟਮੈਂਟ ਪਲਾਂਟ ਐਸਟੀਪੀ ਕਹਿੰਦੇ ਆ ਇਹ ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਹੈ ਜਿਹੜਾ ਖੋਲਣ ਜਾ ਰਿਹਾ 11 11 ਕਿਲੋਮੀਟਰ ਪਾਈਪਲਾਈਨਾਂ ਪੈਣਗੀਆਂ 6 ਜਿਹੜੇ ਨੇ ਪੰਪਿੰਗ ਸਟੇਸ਼ਨ ਨੇ ਤਾਜਪੁਰ ਤੇ ਹੈਪਵਾਲ ਚ ਦੋ ਨੇ ਜਿਹੜੇ ਪੁਰਾਣੇ ਕੰਮ ਖੜੇ ਸੀ ਉਹਨਾਂ ਚ ਬੱਲੋਕੇ ਦਾ ਜਿਹੜਾ 105 ਐਮਐਲਡੀ ਦਾ ਐਸਟੀਪੀ ਹੈ 152 ਐਮਐਲਡੀ ਐਸਟੀਪੀ ਦੀ ਉਹਦੀ ਰਿਪੇਅਰ ਹੋਊਗੀ ਭਟੀਆਂ ਵਿਖੇ ਪੁਰਾਣੇ 50 MLD ਦੇ STP ਤੇ 111 ਉਹਨਾਂ ਦੀ ਰਿਪੇਅਰ ਕਰਾਂਗੇ ਤੇ ਇੱਥੇ ਸੀਵਰੇਜ ਦਾ ਪਾਣੀ ਪਹੁੰਚਾਉਣ ਵਾਲੀ 4850 ਮੀਟਰ ਲੰਬੀ ਜਿਹੜੀ ਪਾਈਪਲਾਈਨ ਹੈ 20 ਕਰੋੜ ਰੁਪਏ ਦੀ ਉਹ ਪਾਈ ਜਾਊਗੀ ਜੀ ਜਿਹੜਾ ਹੁਣ ਮੈਂ ਬੋਲੀ ਜਾਂਣਾ ਆਪਣੇ ਮੋਬਾਈਲਾਂ 'ਚ ਰਿਕਾਰਡ ਕਰੀ ਜਾਏ ਉਹ ਕਿਉਂਕਿ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਇੱਥੇ ਸੁਖਵੀਰ ਹੋਰਾਂ ਦਾ ਕੰਮ ਨਹੀਂ ਹੈਗਾ ਵੀ ਪਿਛਲੇ ਸਾਲ ਕੀ ਕਹਿ ਗਏ ਸੀ ਐਤਕੀ ਕੀ ਕਹੀਏ ਉਹ ਕੰਮ ਨਹੀਂ ਹੈਗਾ ਇੱਥੇ ਇਹਦੇ ਵਿੱਚ ਇਸ ਤੋਂ ਇਹ ਚੋਂ ਜਿਹੜਾ ਪਾਣੀ ਨਿਕਲੂਗਾ ਤੁਸੀਂ ਦੇਖ ਸਕਦੇ ਹੋ ਆਊਗਾ ਬਿਲਕੁਲ ਕਾਲੇ ਰੰਗ ਦਾ ਕਿਉਂਕਿ ਪੂਰਬੀਚ ਹੈ ਤਾਂ ਬੁੱਢੇ ਨਾਲੇ ਨੂੰ ਇੱਥੇ ਹੀ ਬੁੱਢੇ ਨਾਲੇ ਦਾ ਪਾਣੀ ਇਹਦੇ ਵਿੱਚ 6-7 ਸਟੇਜਾਂ ਤੇ ਟ੍ਰੀਟ ਹੋ ਕੇ ਮੈਂ ਦੇਖ ਕੇ ਆਇਆ ਤੁਸੀਂ ਆ ਦੇਖ ਲਿਓ ਵੀਡੀਓ ਦੇਖ ਚੋ ਉਹਦੇ ਚ ਆਕਸੀਜਨ ਵੀ ਬਲੋਅਰ ਆ ਰਹੀ ਪਰ ਕੇ ਤੇ ਬਿਲਕੁਲ ਜਿਵੇਂ ਆਮ ਪਾਣੀ ਹੁੰਦਾ 3-4 ਸਟੇਜਾਂ ਤੇ ਜਾ ਕੇ ਕਾਲੇ ਰੰਗ ਦੇ ਪਾਣੀ ਨੂੰ ਬਿਲਕੁਲ ਜਿਵੇਂ ਆਮ ਪਾਣੀ ਹੁੰਦਾ ਆਪਣੇ ਨਾਲ ਕਿੰਚ ਆਪਣੇ ਟਿਊਬਾਂ ਲੈ ਚੋਂ ਆਉਂਦਾ ਉਸ ਤਰ੍ਹਾਂ ਦਾ ਪਾਣੀ ਵਾਪਸ ਬੁੱਢੇ ਨਾਲੇ ਦੇ ਵਿੱਚ ਜਾਊਗਾ ਤਾਂ ਬੁੱਢਾ ਨਾਲੇ ਦਾ ਰੰਗ ਜਿਹੜਾ ਹੈ ਅੱਜ ਤੋਂ ਹੀ ਥੋੜਾ ਥੋੜਾ ਹੌਲੀ ਹੌਲੀ ਬਦਲਣ ਲੱਗ ਜਾਊਗਾ ਜਦੋਂ ਸਾਰੇ ਪਲਾਂਟ ਚੱਲ ਪਏ ਤਾਂ ਇਹਦਾ ਨਾਮ ਬੁੱਢਾ ਦਰਿਆ ਇਦਾ ਨਾਮ ਵਾਪਸ ਉਹੀ ਦੇਵਾਂਗੇ ਇਹਨੂੰ ਗੰਦੇ ਨਾਲੇ ਦਾ ਲਫ਼ਜ਼ ਕਲੰਕ ਜਿਹੜਾ ਹਟਾ ਦੇਣਾ ਉਹ ਆਪਾਂ ਇਹਦੇ ਤੀਜੇ ਲੈਵਲ ਤੇ ਥਰਡ ਟ੍ਰੀਟਮੈਂਟ ਜਿਹੜੀ ਜਿਹੜੀ ਹੈ ਪਾਣੀ ਦਾ ਜਿਹੜਾ ਸ਼ੁੱਧੀ ਕਰਨਾ ਹੈ ਜਿਹੜਾ ਪਾਣੀ ਸਾਫ਼ ਕਰਨ ਦਾ ਉਹ ਪੰਜਾਬ ਚ ਪਹਿਲੀ ਵਾਰ ਯੂਜ਼ ਹੋ ਰਿਹਾ ਫਾਈਬਰ ਡਿਸਕ ਫਿਲਟਰ ਉਹ ਪਾਣੀ ਨੂੰ ਇਸ ਤਰ੍ਹਾਂ ਦੇ ਨਾਲ ਟ੍ਰੀਟ ਕਰ ਦਿੰਦਾ ਹੈ ਕੋਈ ਚ ਕੁਝ ਵੀ ਨਹੀਂ ਰਹਿੰਦਾ ਬਿਲਕੁਲ ਕਲੀਅਰ ਪਾ ਹਨਾ ਇਹ ਦੱਖਣੀ ਕੋਰੀਆ ਤੋਂ ਪਲਾਂਟ ਮੰਗਾਇਆ ਪੰਜਾਬ ਦੇ ਵਿੱਚ ਹੈ ਨਹੀਂ ਸੋ ਪਹਿਲੀ ਵਾਰ ਇੱਥੇ ਲੱਗਿਆ ਫਾਈਬਰ ਡਿਸਕ ਫਿਲਟਰ ਜਿਹੜਾ ਇਹ ਜਿਹੜਾ ਪਲਾਂਟ ਹੈ ਇਹਦਾ ਸੋਧਿਆ ਹੋਇਆ ਪਾਣੀ ਮਾਨਯੋਗ ਐਨਜੀਟੀ ਸੀਪੀਸੀਬੀ ਤੇ ਪੀਪੀਸੀਬੀ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਮੁਤਾਬਕ ਚੱਲ ਰਿਹਾ ਹੈ ਤੇ ਇਹ ਪ੍ਰੋਜੈਕਟ ਤੇ ਪੂਰੀ ਤਰ੍ਹਾਂ ਚਾਲੂ ਹੋ ਗਿਆ ਜਦੋਂ ਤਾਂ ਬੁੱਢਾ ਦਰਿਆ ਦਾ ਪ੍ਰਦੂਸ਼ਣ ਜਿਹੜਾ ਹੈ ਤੇ ਉਹ ਗੰਭੀਰ ਬਿਮਾਰੀਆਂ ਜਿਹੜੀਆਂ ਉਹ ਬਹੁਤ ਵੱਡੇ ਪੱਧਰ ਤੇ ਉੱਚੋਂ ਰਾਹਤ ਮਿਲੂਗੀ ਇਹ ਪ੍ਰੋਜੈਕਟ ਹੁਣ ਕਿਉਂ ਹੋ ਰਹੇ ਨੇ ਹਰ ਰੋਜ਼ ਕੋਈ ਨਾ ਕੋਈ ਨਵੇਂ ਨਵੇਂ ਪ੍ਰੋਜੈਕਟ ਦਾ ਤੋਂ ਘਟਨ ਹੋ ਰਿਹਾ ਹੈ 34 ਲੋਕਾਂ ਦੀਆਂ ਖੱਡਾਂ ਪਬਲਿਕ ਮਾਈਂਸ 34 ਖੋਲਤੀਆਂ 5.5 ਰੁਪਏ ਟਰਾਲੀ ਫੁੱਟ ਲੈ ਜਾਓ ਟਰਾਲੀ ਆਪਣੀ ਸਤ ਲਈ ਤੇ ਜੇ ਆਪਣੇ ਕੋਲ ਬੰਦੇ ਹੈਗੇ ਨੇ ਆਪਣੇ ਲੈ ਜਾਓ ਨਹੀਂ ਤਾਂ ਉੱਥੇ ਹੈਗੇ ਨੇ 5.5 ਰੁਪਏ ਫੁੱਟ ਟਰਾਲੀ ਭਰ ਲਿਓ 5.5 ਰੁਪਏ ਕਿਊਬਿਕ ਫੁੱਟ 34 ਹੋ ਗਈਆਂ ਹੁਣ 50 ਕਰ ਦੇਣੀਆਂ ਨੇ ਮਾਰਚ ਦੇ ਪਹਿਲੇ ਹਫਤੇ ਤੇ 100 ਦੀ ਹੋਰ ਪਲਾਨਿੰਗ ਚੱਲ ਰਹੀ ਹੈ ਤਿੰਨ ਚਾਰ ਮਹੀਨਿਆਂ ਚ 150 ਖੱਡਾਂ ਇਹ ਜਿਹੜੀਆਂ ਹੋਣਗੀਆਂ ਜਿਹੜੀਆਂ ਲੋਕਾਂ ਦੀਆਂ ਹੋਣਗੀਆਂ ਕੋਈ ਜੀਸੀਬੀ ਨਹੀਂ ਚੱਲੂ ਕੋਈ ਉੱਥੇ ਟਿਪਰ ਨਹੀਂ ਚੱਲੂਗਾ ਬਿਜਲੀ ਬਾਰੇ ਜਦੋਂ ਗਰੰਟੀ ਦਿੱਤੀ ਸੀ ਤਾਂ ਜਿਹਨਾਂ ਤੋਂ ਕੁਰਸੀਆਂ ਖੋਈਆਂ ਨੇ ਤੁਸੀਂ ਉਹ ਰੌਲਾ ਪਾਉਂਦੇ ਸੀ ਐਵੇਂ ਕਿਵੇਂ ਬਿਜਲੀ ਫ੍ਰੀ ਕਰ ਦੋਗੇ ਹੋਣੀ ਨਹੀਂ ਹੋ ਗਈ ਜੀ ਆਉਣ ਲੱਗੇ ਬਿਜਲੀ ਦੇ ਬਿੱਲ ਜ਼ੀਰੋ ਉਹ ਇੱਕ ਲੀਡਰ ਉਹ ਅਕਾਲੀ ਦਲ ਦਾ ਇੱਕ ਲੀਡਰ ਹੈ ਉਹ ਰੌਲਾ じゃ ਪਾਈ ਜਾਵੇ ਤੇ ਉਹਨੂੰ ਸਾਡਾ ਇੱਕ ਬੰਦਾ ਸੀਗਾ ਉੱਥੇ ਕੋਈ ਪਾਰਟੀ ਦਾ ਉਹਨੂੰ ਲਿਆ ਕੇ ਪਰਾਂ ਕਹਿੰਦਾ ਯਾਰ ਮੈਂ ਤੈਨੂੰ ਜਾਣਦਾ ਤੂੰ ਕਦਰ ਰੋਲਾ ਪਾ ਰਿਹਾ ਹੈ ਕਹਿੰਦਾ ਬਿਜਲੀ ਦੇ ਬਿੱਲ ਜ਼ੀਰੋ ਐ ਕਿਵੇਂ ਆ ਜਾਣਗੇ ਇਹ ਤਾਂ ਥੋੜਾ ਜਿਹੀ ਆਉਣਗੇ ਉਹ ਕਹਿੰਦਾ ਤੇਰਾ ਕਿੰਨਾ ਆਇਆ ਉਹ ਕਹਿੰਦਾ ਯਾਰ ਉਹ ਰੋਲਾ ਜਿਹਾ ਪਾਉਣਾ ਪੈਂਦਾ ਆਇਆ ਤਾਂ ਮੇਰਾ ਵੀ ਜ਼ੀਰੋ ਹੀ ਹੈ ਜਿੰਦਾਬਾਦ ਜਿੰਦਾਬਾਦ ਸੋ ਬਿਜਲੀ ਲੋਕਾਂ ਨੂੰ ਫ੍ਰੀ ਮਿਲ ਰਹੀ ਹੈ ਮੁਹੱਲਾ ਕਲੀਨਿਕ ਖੁੱਲਣ ਲੱਗੇ ਨੇ 500 ਹੋ ਗਿਆ ਜੀ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ ਹੁਣ ਆਮ ਆਦਿਕ ਕਲੀਨਿਕ ਤੁਸੀਂ ਘਰੋਂ ਨਿਕਲੋਗੇ ਤੁਹਾਡੇ ਘਰ ਦੇ ਸੱਜੇ ਪਾਸੇ ਜਾਂ ਖੱਬੇ ਪਾਸੇ ਲਗਭਗ 100 ਮੀਟਰ ਤੇ ਜਨ ਕੇ ਪੈਦਲ ਤੁਰਨ ਦੀ ਜਿੰਨੀ ਕਸਤ ਹੈ ਪੈਦਲ ਤੁਰ ਕੇ ਤੁਸੀਂ ਆਪਣੇ ਦਵਾਈ ਲੈਣ ਵਾਸਤੇ ਆਪਣੇ ਮੁਹੱਲਾ ਕਲੀਨਿਕ ਜਾ ਸਕਦੇ ਹੋ ਜਿੱਥੇ ਸਾਰੀਆਂ ਦਵਾਈਆਂ ਮੁਫਤ ਨੇ ਸਾਰੇ ਟੈਸਟ ਮੁਫਤ ਨੇ ਜੇ ਕੋਈ ਬਲੱਡ ਟੈਸਟ ਲੈ ਕੇ ਕਿਤੇ ਹੋਰ ਵੀ ਭੇਜਣਾ ਪਿਆ ਅਗਲੇ ਦਿਨ ਤੁਹਾਨੂੰ ਉਹਦੀ ਰਿਪੋਰਟ ਦੇ ਕੇ ਸਾਰਾ ਕੁਝ ਤੁਹਾਡਾ ਫਰੀ ਦੇ ਵਿੱਚ ਇਲਾਜ ਕਰਾਇਆ ਜਾਊਗਾ ਸੋ ਹੈਲਥ এডਿਕੇਸ਼ਨ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਆ 117 ਸਕੂਲ ਆਫ ਐਮੀਨੈਂਸ ਮਤਲਬ ਜੇ ਬੱਚੇ ਦਾ 8ਵੀਂ ਤੱਕ ਪਤਾ ਲੱਗ ਜਾਂਦਾ ਜੇ ਬੱਚੇ ਦਾ ਦਿਲਚਸਪੀ ਉਹਦਾ ਇੰਟਰਸਟ ਖੇਡਾਂ 'ਚ ਜਾਣ ਵਾਸਤੇ ਆ ਤਾਂ 9ਵੀਂ 10ਵੀਂ 11ਵੀਂ 'ਚ ਉਹਨੂੰ ਸਕੂਲ ਆਫ ਐਮੀਨੈਂਸ 'ਚ ਖੇਡਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਜਿਹੜੀ ਖੇਡ ਉਹ ਖੇਡਣੀ ਚਾਹੁੰਦਾ ਉਹਨੂੰ ਕੋਚ ਦੇਵਾਂਗੇ ਤਾਂ ਕਿ 12ਵੀਂ ਤੱਕ ਉਹ ਪਰਫੈਕਟ ਪਲੇਅਰ ਬਣ ਕੇ ਨਿਕਲੇ ਉੱਥੋਂ ਇਹ ਨਾ ਹੋਵੇ ਕਿ ਉਹਨੂੰ ਆਪਣੇ ਘਰ ਦੇ ਅੰਦਰ ਤੋਂ ਚੋਰੀਆਂ ਖੇਡਣਾ ਪਵੇ ਘਰ ਦੇ ਕਹਿਣ ਤੂੰ ਡਾਕਟਰੀ ਕਰ ਉਹ ਕਹਿੰਦਾ ਮੈਂ ਖੇਡਣਾ ਹੈ ਫਿਰ ਤਾਂ ਫਿਰ ਨੇੜੇ ਤੇੜੇ ਵੀ ਹੈ ਨਹੀਂ ਉਹ ਪ੍ਰੈਸ਼ਰ ਥੱਲੇ ਆਊਗਾ ਬੱਚਾ ਜੇ ਕਿਸੇ ਨੇ ਡਾਕਟਰ ਬਣਨਾ ਉਹਨੂੰ ਡਾਕਟਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕਿਸੇ ਨੇ ਇੰਜੀਨੀਅਰ ਬਣਨਾ ਹੈ ਇੰਜੀਨੀਅਰ ਵਾਲੇ ਪਾਸੇ ਲੈ ਕੇ ਜਾਵਾਂਗੇ ਸਕੂਲ ਆਫ ਐਮਿਨੈਂਸ 117 ਤੇ ਖੁੱਲਣਗੇ ਬੜੀ ਜਲਦੀ ਉਹਨਾਂ ਦੀ ਓਪਨਿੰਗ ਹੋ ਰਹੀ ਹੈ ਸੋ ਹੈਲਥ এডਿਕੇਸ਼ਨ ਬਿਜਲੀ ਆ ਪਾਣੀ ਕੇਜਰੀਵਾਲ ਸਾਹਿਬ ਨਾਲ ਜਦੋਂ ਗੱਲ ਕਰਦੇ ਸੀ ਗਰੰਟੀਆਂ ਦਿੰਦੇ ਸੀ ਲਿਖ ਕੇ ਵੀ ਆ ਲੋ ਗਰੰਟੀ ਇਹ ਕਰਾਂਗੇ ਅਸੀਂ ਕ腐ਪਸ਼ਨ ਤੁਹਾਨੂੰ ਪਤਾ ਹੀ ਹੈ ਰੋਜ਼ ਨਵੇਂ ਨਵੇਂ ਪਟਾਕੇ ਪੈਂਦੇ ਆ ਫੜੇ ਜਾਂਦੇ ਆ ਇਹ ਹਜੇ ਹੋਰ ਬਹੁਤ ਸਾਰੇ ਲਾਈਨ 'ਚ ਲੱਗੇ ਪਏ ਨੇ ਵੇਟਿੰਗ ਲਿਸਟ ਚੱਲ ਰਹੀ ਹੈ ਕਿਉਂਕਿ ਖਾਦਾ ਹੀ ਇੰਨਾ ਸੋ 1-1 ਰੁਪਏ ਦਾ ਹਿਸਾਬ ਲਵਾਂਗੇ ਜਿਨੇ ਵੀ ਪੰਜਾਬ ਦਾ ਪੈਸਾ ਲੁੱਟਿਆ ਉਹਤੇ ਕੋਈ ਰਹਿਮਦਿਲੀ ਨਹੀਂ ਹੋਊਗੀ ਭਾਵੇਂ ਉਹ ਕਿਸੇ ਦਾ ਹੈ ਭਾਵੇਂ ਸਾਡਾ ਸੋ ਇਸ ਕਰਕੇ ਇੱਕ ਮੈਂ ਕਿਤੇ ਕੋਈ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣੇ ਸੀ ਸਾਡਾ ਇੱਕ ਐਮਐਲਏ ਕਹਿੰਦਾ ਵੀ ਯਾਰ ਸਾਡੇ ਮੇਰੇ ਇਲਾਕੇ ਦਾ ਇੱਕ ਮੁੰਡਾ ਹੈ ਦੋ ਨੰਬਰਾਂ ਤੇ ਰਹਿ ਗਿਆ ਉਹ ਸੀਗੇ 692 ਰੱਖਣੇ ਸੀ ਦੋ ਨੰਬਰਾਂ ਤੇ ਰਹਿ ਗਿਆ ਜਨਾਬ ਦੇਖ ਲਓ ਇੱਕ ਅੱਦੇ ਨੂੰ ਕੱਟ ਕੇ ਵਿੱਚੋਂ ਉਹਦਾ ਪਾ ਦੋ ਤਾਂ ਮੇਰੇ ਇਲਾਕੇ 'ਚ ਥੋੜਾ ਜਿਹਾ ਮੈਂ ਜਾਂਦਾ ਹੋਊਂਗਾ ਮੈਂ ਕਿਹਾ ਵੀ ਦੋ ਨੰਬਰਾਂ ਤੇ ਰਹਿ ਗਿਆ ਇੱਕੋ ਚਾਂਸ ਹੋਰ ਵੀ ਹੈਗਾ ਅਗਲੀ ਵਾਰ 10 ਨੰਬਰ ਵੱਧ ਲੈ ਲੇ ਪਰ ਮੈਨੂੰ ਇਹ ਦੱਸ ਉਹ ਕਹਿੰਦਾ ਜੀ ਆਪਣਾ ਬੰਦਾ ਹੈ ਮੈਂ ਕਿਹਾ ਜਿਹਨੂੰ ਕੱਢਾਂਗੇ ਉਹ ਕੀ ਦਾ ਬੰਦਾ ਫਿਰ ਜੀ ਜਿਹਨੂੰ ਉਹਦੀ ਥਾਂ ਤੇ ਕੱਢਾਂਗੇ ਕਿ ਇਹਨੂੰ ਰੱਖ ਉਹ ਵੀ ਤਾਂ ਆਪਣਾ ਹੀ ਬੰਦਾ ਹੈ ਉਹ ਵੀ ਤਾਂ ਪੰਜਾਬ ਦਾ ਹੀ ਹੈ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਕੀ ਪਤਾ ਉਹਦੀ ਇੱਕ ਦੋ ਭੈਣਾਂ ਜਾਂ ਤਿੰਨ ਭੈਣਾਂ ਵੀ ਉਹਨਾਂ ਲਈ ਹੁਣ ਤੇ ਇਸੇ ਨੌਕਰੀ ਕਰਕੇ ਉਹ ਉਡੀਕ ਤੇ ਹੋਣ ਕਿ ਸਾਡੇ ਘਰ ਦੀ ਕੁਬਿਲਦਾਰੀ ਠੀਕ ਹੋ ਜਾਊਗੀ ਸੋ ਕੋਈ ਕੋਈ ਲਾਬਿੰਗ ਕੋਈ ਰਿਸ਼ਵਤ ਕੋਈ ਸਪਾਸ਼ਣੀ ਚੱਲੂਗੀ ਜਿਹਨੂੰ ਨੌਕਰੀ ਮਿਲੂਗੀ ਉਹਦੇ ਉਹਦੇ ਮੈਰਿਟ ਦੇ ਆਧਾਰ ਤੇ ਮਿਲੂਗੀ ਜਿੰਦਾਬਾਦ ਜਿੰਦਾਬਾਦ ਭਗਵੰਤ ਸਿੰਘ ਜਿੰਦਾਬਾਦ ਹੁਣ ਇਹਨਾਂ ਕੋਲੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਕਿ ਕੀ ਕੀਤਾ ਹੈ ਇਹਨਾਂ ਨੇ ਕੀ ਕੀਤਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਉਹੀ ਖਜ਼ਾਨਾ ਸਾਡੇ ਕੋਲ ਆ ਤੇ ਅਸੀਂ ਤਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਕਾਟਨ ਕਰ ਰਹੇ ਆ ਬੱਸਾਂ ਲਾਤੀਆਂ ਆਪਾਂ 에어ਪੋਰਟ ਨੂੰ ਇੰਡੋ ਕਨੇਡੀਅਨ ਦੀ ਥਾਂ ਤੇ ਅਸੀਂ ਰੇਟ ਘਟਾਤੇ ਆਪਦੀਆਂ ਬੱਸਾਂ ਚਲਾਤੀਆਂ ਕਿੰਨੇ ਹੀ ਪ੍ਰੋਜੈਕਟ ਹੋਰ ਕਰਤੇ ਹਰ ਰੋਜ਼ ਕੋਈ ਨਾ ਕਿਸੇ ਨਵੇਂ ਪ੍ਰੋਜੈਕਟ ਦੀ ਲਰਨਿੰਗ ਲੈਸੈਂਸ ਲੈਣਾ ਆਰਟੀਆ ਦਫਤਰ ਜਾਣ ਦੀ ਲੋੜ ਨਹੀਂ ਮੋਬਾਈਲ ਤੇ ਐਪ ਬਣਾਤੀ ਐਪ ਦੇ ਉੱਤੇ ਖੋਲੋ ਆਪਣਾ ਨਾਮ ਪਾਓ ਆਧਾਰ ਕਾਰਡ ਦਾ ਨੰਬਰ ਪਾਓ ਉੱਥੇ ਪੇਪਰ ਆਊਗਾ ਉਸੇ ਪੇਪਰ ਦਾ ਉੱਥੇ ਆਨਸਰ ਦੇ ਕੇ ਲਰਨਿੰਗ ਲਾਇਸੈਂਸ ਉੱਥੇ ਪ੍ਰਿੰਟ ਕਰ ਲਓ ਉੱਥੇ ਜਾਣ ਦੀ ਲੋੜ ਨਹੀਂ ਹੈਗੀ ਇੱਕ ਸਾਲ 'ਚ ਸਾਢੇ 7 ਲੱਖ ਬੰਦਾ ਜਾਂਦਾ ਸੀਗਾ ਆਰਟੀਆ ਦਫਤਰ 'ਚ ਕਟੋ-ਕੱਟ ਦੋ ਗੇੜੇ ਤਾਂ ਲੱਗਦੀ ਲੱਗਦੇ ਸੀ ਜਨਿਕ 14 ਲੱਖ ਗੇੜੇ ਪੰਜਾਬੀਆਂ ਦੇ ਦਫ਼ਤਰਾਂ ਦੇ ਵਿੱਚੋਂ ਬਚ ਗਏ ਇੱਕ ਛੋਟੀ ਜੀ ਐਪ ਨਾਲ 14 ਲੱਖ ਗੇੜੇ ਇਸੇ ਤਰ੍ਹਾਂ ਕੋਈ ਮੋਟਰਸਾਈਕਲ ਖਰੀਦਣ ਜਾਣੇ ਹੋ ਕਾਰ ਖਰੀਦਣ ਜਾਣੇ ਹੋ ਕਿਸੇ ਸ਼ੋਰੂਮ ਤੇ ਕਾਰ ਆਪਦੀ ਮਨਪਸੰਦੀ ਖਰੀਦੋ ਉੱਥੇ ਕੰਪਿਊਟਰ ਹੈ ਡੀਲਰ ਨੂੰ ਅਸੀਂ ਇਹ ਤਾਕਤਾਂ ਦੇਤੀਆਂ ਜਿਹੜਾ ਕਾਰਾਂ ਦਾ ਡੀਲਰ ਹੈ ਆਪਦਾ ਮਨਪਸੰਦਾ ਕੰਪਿਊਟਰ ਚੋਂ ਨੰਬਰ ਵੀ ਚੁਣ ਲਓ ਮੈਨੂੰ ਆ ਨੰਬਰ ਚਾਹੀਦਾ ਹੈ ਇਤੇਦਾਰ ਕਾਰਡ ਤੇ ਲਿੰਕ ਕਰਕੇ 20 ਮਿੰਟਾਂ ਬਾਅਦ ਆਰਸੀ ਲੈ ਕੇ ਗੱਡੀ ਸ਼ੋਰੂਮ ਚੋਂ ਨਿਕਲੂਗੀ ਤੁਹਾਡੇ ਹੱਥ ਚ ਆਰਸੀ ਹੋਊਗੀ ਜੀ ਕਿਸੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਅਸੀਂ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਗੇੜੇ ਘਟਾਵਾਂਗੇ ਜੀ ਬਹੁਤ ਖੱਜਲ ਖਵਾਰੀਆਂ ਹੋ ਰਹੀਆਂ ਅਫਸਰਾਂ ਨੂੰ ਕਿਹਾ ਡੀਸੀਜ਼ ਏਡੀਸੀਜ਼ ਐਸਡੀਐਮ ਤਹਿਸੀਲਦਾਰ ਸਾਰਿਆਂ ਨੂੰ ਕਿਹਾ ਹਫ਼ਤੇ ਚ ਘਟੋ ਘਟ ਤਿੰਨ ਵਾਰ ਵੱਡੇ ਵੱਡੇ ਪਿੰਡਾਂ ਚ ਅਨਾਉਂਸਮੈਂਟ ਕਰਕੇ ਆਲੇ-ਦਾਲੇ ਪਿੰਡਾਂ ਜਾਓ ਕੰਪਿਊਟਰ ਲੈ ਜਾਓ ਉੱਥੇ ਸਬ ਸਿਸਟਮ ਅੱਜ ਕੱਲ ਆਨਲਾਈਨ ਹੈ ਕੋਈ ਪਿੰਡ ਹੈ ਜਾਨੀ ਜਿੱਥੇ ਸਿਗਨਲ ਨਾ ਹੋਵੇ ਲੈ ਜਾਓ ਲੋਕਾਂ ਨੂੰ ਬੁਲਾਓ ਉਹਨਾਂ ਦੇ ਕੰਮ ਉੱਥੇ ਹੀ ਕਰੋ ਰਜਿਸਟਰੀਆਂ ਹੁੰਦੀਆਂ ਨੇ ਰਜਿਸਟਰੀਆਂ ਕਰੋ ਕਿਸੇ ਦਾ ਜਾਤੀ ਪ੍ਰਮਾਣ ਪੱਤਰ ਬਣਨਾ ਹੈ ਕਿਸੇ ਦਾ ਕੁਝ ਬਣਨਾ ਹੈ ਉੱਥੇ ਹੀ ਬਣਾਓ ਜੇ ਕਿਸੇ ਦਾ ਕੋਈ ਕਾਗਜ਼ ਘਟਾ ਉਹਨੂੰ ਕਹਿ ਦਿਓ ਭਾਈ ਪਰਸੋਂ ਨੂੰ 11 ਵਜੇ ਉੱਥੇ ਆ ਜੀ ਤੈਨੂੰ ਉੱਥੇ ਦਫ਼ਤਰ ਦੇ ਵਿੱਚ ਤੇਰਾ ਕੰਮ ਹੋ ਜਾਊਗਾ ਬਹੁਤ ਸਾਰੇ ਬਜ਼ੁਰਗ ਹੈ ਹਜੇ ਨੇ ਬਹੁਤ ਸਾਰੇ ਲੋਕ ਹੈ ਹਜੇ ਨੇ ਜਿੰਨਾਂ ਤੋਂ ਸ਼ਹਿਰ ਜਾਣ ਵਾਸਤੇ ਵੀ ਪਰਵੰਧ ਨਹੀਂ ਹੁੰਦਾ ਕੋਈ ਵਹੀਕਲ ਨਹੀਂ ਮਿਲਦਾ ਜਾਂ ਕਿਸ ਨੂੰ ਸਾਰੇ ਦੀ ਲੋੜ ਪੈਂਦੀ ਹੈ ਸਰਕਾਰ ਤੁਹਾਡੇ ਦਵਾਰ ਬੋਟਾ ਮੰਗਣ ਮੇਰੇ ਤਾਂ ਸਾਰੇ ਆਂ ਘਰੇ ਜਾਨੇ ਆ ਜੀ ਬੋਟਾ ਮੇਰੇ ਤਾਂ ਸਾਰੇ ਘਰ ਕੋ ਛੱਡਦੀ ਨਹੀਂ ਡੋਰ ਟੂ ਡੋਰ ਵੀ ਕਰਦੇ ਆ ਜੇ ਕਿਸੇ ਦਾ ਖੇਤਾਂ ਚ ਘਰਾਂ ਉੱਥੇ ਵੀ ਜਾ ਕੇ ਕਹਿੰਦੇ ਆ ਤੇ ਜਦੋਂ ਜਿੱਤ ਜਾਂਦੇ ਉਹਨੂੰ ਕਹਿੰਦੇ ਆ ਆਜੋ ਚੰਡੀਗੜ੍ਹ ਆਜੋ ਕਿਉਂ ਭਈ ਬੋਟਾ ਤੋਂ ਬਾਹਰ ਵੀ ਉਹਨਾਂ ਕੋਲੇ ਜਾਓ ਨਾ ਫੇਰ ਜੇ ਉਹ ਤੋਂ ਬੋਟਰ ਜੇ ਉਦੋਂ ਆਪਾਂ ਲਿਖਦੇ ਆ ਕਿ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਤਾਂ ਵੋਟ ਪੈਣ ਤੋਂ ਬਾਅਦ ਉਹਦੀ ਕੀਮਤ ਤਾਂ ਨਹੀਂ ਘਟਦੀ ਨਾ ਉਹਦੀ ਕੀਮਤ ਨੂੰ ਸਗੋਂ ਵਧਾਓ ਉਹ ਬੰਦਾ ਕਵੇ ਵੋਟ ਪਾਉਣ ਦਾ ਨਜ਼ਾਰਾ ਆ ਗਿਆ ਪਹਿਲੀ ਵਾਰ ਵੋਟ ਪਾਈ ਐ ਪੈਸੇ ਤਾਂ ਭਾਵੇਂ ਇਹਨਾਂ ਨੇ ਨਹੀਂ ਦਿੱਤੇ ਨਾ ਕੋਈ ਨਸ਼ਾ ਵੰਡਿਆ ਪਰ ਬਿਜਲੀ ਰਹੀ ਪਰ ਸਕੂਲ ਦੀ ਫੀਸ ਰਹੀ ਪਰ ਮਹੱਲਾ ਕਲੀਨ ਕਰ ਰਹੀ ਮਹੀਨੇ ਦਾ 10-15000 ਬਚਣ ਲੱਗ ਗਿਆ ਕਿੱਥੇ ਤੁਹਾਨੂੰ ਉਹ ਪਹਿਲਾਂ ਖਰੀਦ ਲੈਂਦੇ ਸੀ ਆ ਲੋ ਜੀ 1000 ਰੁਪਏ ਵੋਟ ਉਹ ਤੁਸੀਂ ਪਾ ਦਿੰਦੇ ਸੀ ਤੇ ਉਹ ਬਸ ਉਹ ਤੂੰ ਮੁੜ ਕੇ ਉਹ ਲੁੱਟ ਲੈਂਦੇ ਸੀ ਕਿਉਂਕਿ ਜੀਨੇ ਤੁਹਾਨੂੰ ਇੱਕ ਵਾਰੀ ਖਰੀਦਿਆ ਉਹ 5 ਸਾਲ ਤੁਹਾਨੂੰ ਵੇਚੂਗਾ ਜੀ ਤੁਸੀਂ ਉਹਦੇ ਕੋਲੇ ਜਾ ਕੇ ਸ਼ਿਕਾਇਤ ਵੀ ਨਹੀਂ ਕਰ ਸਕਦੇ ਵੀ ਤੈਨੂੰ ਵੋਟ ਪਾਈ ਸੀ ਉਹ ਕਹਿੰਦਾ ਤਾਂ ਜਿੰਨੇ ਮੰਗੇ ਸੀ ਉਹਨੇ ਦਿੱਤੇ ਨਹੀਂ ਫਿਰ ਹੁਣ ਮੈਂ ਜਿੰਨੇ ਵਾਂਗਦਾ ਮੈਨੂੰ ਦੇ ਫਿਰ ਸਾਨੂੰ ਨਹੀਂ ਤੁਸੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਤਾਂ ਹੈ ਹੀ ਨਹੀਂ ਸਾਸੀ ਤਾਂ ਕੋਈ ਪੈਸੇ ਨਹੀਂ ਬੰਡੇ ਸੰਤਾ ਤੁਸੀਂ ਪਿਆਰ ਤੇ ਸਤਿਕਾਰ ਨਾਲ ਵੋਟਾਂ ਪਾਈਆਂ ਨੇ ਵਿਸ਼ਵਾਸ ਨੂੰ ਵੋਟਾਂ ਪਾਈਆਂ ਨੇ ਕੇਜਰੀਵਾਲ ਸਾਹਿਬ ਦੇ ਕੰਮ ਜਦੋਂ ਇੱਥੇ ਪਹੁੰਚੇ ਉਦੋਂ ਵੋਟਾਂ ਪਾਈਆਂ 2015 ਤੋਂ ਲੈ ਕੇ 2020 ਤੱਕ ਕੰਮ ਹੋਏ 20 ਤੋਂ 22 ਤੱਕ ਕੰਮ ਹੋਏ ਦਿੱਲੀ ਆਪਣੇ ਨਾਲ ਲੱਗਦੀ ਹੈ ਤਾਂ ਲੋਕਾਂ ਨੇ ਕਿਹਾ ਯਾਰ ਦਿੱਲੀ ਚ ਹੋ ਸਕਦਾ ਆਪਣੇ ਕਿਉਂ ਨਹੀਂ ਹੋ ਸਕਦਾ ਹੋਊਗਾ ਜੀ ਬਲਕਿ ਦਿੱਲੀ ਦੇ ਜਿਹੜੇ ਮਾਡਲ ਨੇ ਚਾਹੇ ਐਜੂਕੇਸ਼ਨ ਦਾ ਚਾਹੇ ਹੈਲਥ ਦਾ ਚਾਹੇ ਬਿਜਲੀ ਦਾ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਈਆਂ ਉਹਨਾਂ ਨੂੰ ਲਾਗੂ ਕਰਨ ਵੇਲੇ ਪਰ ਉਹਨਾਂ ਨੇ ਫਿਰ ਵੀ ਸਫਲਤਾ ਲੈ ਲਈ ਆਪਾਂ ਸਫਲ ਮਾਡਲ ਚੱਕ ਰਹੇ ਆਂ ਆਪਾਂ ਦਿੱਕਤਾਂ ਲੈ ਆਉਣੀ ਨਹੀਂ ਆਪਾਂ ਨੂੰ ਉਹ ਉਹਨਾਂ ਨੂੰ ਆਹ ਹਟੀਆਂ ਦਿੱਕਤਾਂ ਉਹਨਾਂ ਨੇ ਤਜਰਬੇ ਸਾਰੇ ਕਰ ਲਏ ਸਫਲ ਪ੍ਰੋਜੈਕਟ ਜਿਹੜੇ ਆਪਣੇ ਕੋਲੇ ਆਉਣਗੇ ਉਹ ਆਪਾਂ ਬਣਾਵਾਂਗੇ ਸਾਡੇ ਸਕੂਲ ਸਕੂਲ ਵੀ ਸ਼ਾਨਦਾਰ ਹੋਣਗੇ ਜਿਹਨਾਂ ਨੂੰ ਲੋਕ ਦੇਖਣ ਆਉਣਗੇ ਤੇ ਬਾਕੀ ਖੇਤੀ ਸਾਡਾ ਤੁਰਾ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ ਪਹਿਲੀ ਵਾਰ ਪੀਯੂ ਦੇ ਵਿੱਚ 12 ਫਰਵਰੀ ਨੂੰ ਸਰਕਾਰ ਕਿਸਾਨ ਮਿਲਣੀ ਕੀਤੀ ਸੀ ਪਹਿਲੀ ਵਾਰ ਕੋਈ ਸਰਕਾਰ ਕਿਸਾਨਾਂ ਨੂੰ ਮਿਲੀ ਹੈ ਵੀ ਦੱਸੋ ਨਹਿਰ ਚ ਪਾਣੀ ਕਿੰਨੀ ਤਰੀਕ ਨੂੰ ਚਾਹੀਦਾ ਹੈ ਨਹਿਰ ਚ ਪਾਣੀ ਬੰਦ ਕਿੰਨੀ ਤਰੀਕ ਨੂੰ ਚਾਹੀਦਾ ਹੈ ਬਿਜਲੀ ਸਵੇਰ ਦੇ 5 ਵਜੇ ਕਿੰਨੇ ਕਿਹੜੇ ਕਿਹੜੇ ਇਲਾਕੇ ਨੂੰ ਚਾਹੀਦੀ ਹੈ ਬਿਜਲੀ ਬੋਰਡ ਵਾਲੇ ਉਹ ਤਹਾਂ ਤੋਂ ਆਡਰ ਆਏ ਹੁੰਦੇ ਨੇ ਕਿਹੜਾ ਕੋਈ ਦੇਖਦਾ ਰਾਤ ਦੇ 12:30 ਵਜੇ ਬਿਜਲੀ ਛੱਡ ਦਿੰਦੇ ਨੇ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਚ ਸੌਣ ਜੋਗੇ ਉਹ ਉਹੀ ਬਿਜਲੀ 5 ਵਜੇ ਸਵੇਰੇ ਦੇ ਦੋ ਚਾਹ ਪੀ ਕੇ ਕਰੋ ਆਪਣਾ ਬੰਦਾ ਫਰੈਸ਼ ਹੋ ਕੇ ਜਾ ਕੇ ਉੱਥੇ 2-2 ਘੰਟੇ ਬਿਜਲੀ ਜੇ ਉਦੋਂ ਦੇਣੀ ਹੈ ਤਾਂ 5 ਤੋਂ 7:30 ਦੇ ਤੋਂ ਉਹਨਾਂ ਨੂੰ ਪੁੱਛਿਆ ਕਿਹੜੇ ਬੀਜ ਬੀਜੋਗੇ ਕਿਹੜੀ ਸਪਰੇਅ ਕਰੋਗੇ ਸਾਡਾ ਸਲਾਹ ਕਰ ਲੋ ਆਪਾਂ ਵਧੀਆ ਤਰੀਕੇ ਨਾਲ ਖੇਤੀ ਕਰਾਵਾਂਗੇ ਕਿਉਂਕਿ ਜ਼ਮੀਨ ਬਹੁਤ ਉਪਜਾਊ ਹੈ ਜ਼ਮੀਨ ਦੀ ਪਜਾਓ ਸ਼ਕਤੀ 'ਚ ਕੋਈ ਕਮੀ ਨਹੀਂ ਲੋਕ ਬਹੁਤ ਬੇਨਤੀ ਨੇ ਲੋਕਾਂ 'ਚ ਕੋਈ ਕਮੀ ਨਹੀਂ ਸਿਰਫ ਤਕਨੀਕਾਂ ਬਦਲ ਗਈਆਂ ਬੀਜਣ ਦੀਆਂ ਸਪਰੇਅ ਕਰਨ ਦੀਆਂ ਮੰਡੀ 'ਚ ਲੈ ਕੇ ਜਾਣ ਦੀਆਂ ਫਸਲਾਂ ਨੂੰ ਪਾਲਣ ਦੀਆਂ ਤਕਨੀਕਾਂ ਬਦਲ ਗਈਆਂ ਜੇ ਤਕਨੀਕਾਂ ਅਪਡੇਟ ਕਰ ਦਈਏ ਪੰਜਾਬ ਨੰਬਰ 1 ਸੂਬਾ ਸੀ ਤੇ ਨੰਬਰ 1 ਸੂਬਾ ਹੋਊਗਾ ਅੱਜ ਇਸ ਤੋਂ ਬਾਅਦ ਮੈਂ ਕੇਂਦਰੀ ਮੰਤਰੀ ਆ ਰਹੇ ਨੇ ਚੰਡੀਗੜ੍ਹ ਉਹ ਵੀ ਪਰਾਲੀ ਤੇ ਆ ਮੁੱਦੇ ਤੇ ਆ ਰਹੇ ਨੇ ਕਿ ਪਰਾਲੀ ਦਾ ਕੀ ਕਰਨਾ ਹੈ ਕੀ ਕ ਇਹਦਾ ਹੱਲ ਕੀ ਹੋ ਸਕਦਾ ਸੋ ਅਸੀਂ ਤਾਂ ਪੱਖ ਰੱਖਾਂਗੇ ਪਹਿਲਾਂ ਐਸਵਾਈਐਲ ਤੇ ਪੱਖ ਰੱਖਿਆ ਪੰਜਾਬ ਨੇ ਸਾਰਾ ਆਪਣਾ ਪੱਖ ਰੱਖਿਆ ਸਾਡੇ ਕੋਲ ਕਿੱਥੇ ਪਾਣੀ ਹੈ ਜੀ ਮੈਂ ਤਾਂ ਇਹ ਕਹਤਾ ਸੀਗਾ ਮੈਂ ਕਿਹਾ ਮੰਤਰੀ ਸਾਹਿਬ ਕੇਂਦਰੀ ਮੰਤਰੀ ਨੂੰ ਹੈਲੀਕਾਪਟਰ 'ਚ ਬਿਠਾਉਣਾ ਤੁਹਾਨੂੰ ਰੋਪੜ ਤੋਂ ਤੇ ਚੱਲਦੀਆਂ ਸਤਲੁਜ ਤੇ ਆਲੇ-ਦਾਲੇ ਐ ਉੱਤੇ-ਉੱਤੇ ਤੁਸੀਂ ਦੱਸ ਦਿਓ ਕਿਸੇ ਪਾਸੇ ਕਿਸੇ ਪੱਖੋਂ ਦਰਿਆ ਲੱਗਦਾ ਛੋਟਾ ਜਿਹਾ ਨਾਲਾ ਬਣ ਕੇ ਰਹਿ ਗਿਆ ਸਾਡੇ ਤੋਂ ਤੁਸੀਂ ਪਾਣੀ ਭਾਲਦੇ ਹੋ ਇਹ ਉਧਰ ਤੁਹਾਡੇ ਕੋਲ ਯਮਨਾ ਉਹ ਯਮਨਾ ਜਾ ਕੇ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਮੁਲਕ ਨੂੰ ਤੁਸੀਂ ਯਮਨਾ ਚੋਂ ਇੱਧਰ ਨੂੰ ਕੱਢ ਲਓ ਹਰਿਆਣੇ ਨੂੰ ਦੇ ਦਿਓ ਬਲਕਿ ਐਸਬੀਐਲ ਦੀ ਜਗ੍ਹਾ ਤੇ ਬਾਈਐਸਐਲ ਕਰੋ ਯਮਨਾ ਸਤਲੁਜ ਲਿੰਕ ਵਿਚ ਵਿਚਾਲ ਦੀ ਹਰਿਆਣੇ ਨੂੰ ਦੇ ਦਿਓ ਸਾਨੂੰ ਕੀ ਪ੍ਰੋਬਲਮ ਹੈ ਸਾਨੂੰ ਵੀ ਪਹਚਾਓ ਇਹਨਾਂ ਨੇ ਕਦੇ ਪੱਖ ਨਹੀਂ ਰੱਖਿਆ ਪੰਜਾਬ ਦਾ ਦੋਨੇ ਸਰਕਾਰਾਂ ਨੇ ਹੁਣ ਟੋਲ ਪਲਾਜੇ ਕਿਵੇਂ ਬੰਦ ਹੋਣ ਲੱਗ ਗਏ ਜੀ ਪਹਿਲਾਂ ਕਿਉਂ ਨਹੀਂ ਹੋਏ ਲੁੱਟੀ ਗਏ ਨੇ ਲੋਕਾਂ ਨੂੰ ਉਹ ਟੋਲ ਪਲਾਜੇ ਵਾਲੇ ਕਹਿੰਦੇ ਸੀ ਸਾਲ ਨਹੀਂ ਕਹਿੰਦੇ ਹੋ ਵੀ ਪੌਣੇ ਦੋ ਸਾਲ ਵਧਾ ਦਿਓ ਉਹ ਕਹਿੰਦੇ ਨਹੀਂ 492 ਦਿਨ ਹੋਰ ਦੇ ਦਿਓ ਆਪਾਂ ਨੂੰ ਦੇਣੀ ਲੱਗਦੇ ਨੇ ਹੁੰਦੇ ਪੌਣੇ ਦੋ ਸਾਲ ਐ ਉਹ ਅਸੀਂ ਕਿਸੇ ਟੋਲ ਪਲਾਜੇ ਦੀ ਐਕਸਟੈਂਸ਼ਨ ਨਹੀਂ ਜਿਹੜੀ ਐ ਉਹਨਾਂ ਨੂੰ ਦਿੱਤੀ ਅਸੀਂ ਕਿਹਾ ਤਾਂ ਬੋਰੀ ਬਿਸਤਰਾ ਚੱਕੋ ਸਾਸਰੀ ਕਾਲ ਬਹੁਤ ਲੁੱਟ ਲਿਆ ਤੁਸੀਂ ਤੁਸੀਂ ਲੋਕਾਂ ਨੂੰ ਆਉਂਦਿਆਂ ਨੂੰ ਜਾਣਦਿਆਂ ਨੂੰ ਪੈਸੇ ਹੀ ਫੜੇ ਨੇ ਹੋਰ ਕੀਤਾ ਕੀ ਹੈ ਤੁਸੀਂ ਦੋਨੇ ਸਰਕਾਰਾਂ ਜ਼ਿੰਮੇਵਾਰ ਨੇ ਆ ਹੁਣ ਆ ਮੈਂ ਸੋਸ਼ਲ ਮੀਡੀਆ ਤੇ ਪੜ੍ਹਦਾ ਸੀ ਕਿਸੇ ਨੇ ਲਿਖਿਆ ਸੀ ਲੋਕ ਬਹੁਤ ਅੱਜ ਕੱਲ ਜਾਣਕਾਰ ਨੇ ਜੀ ਲੋਕ ਬਹੁਤ ਪਬਲਿਕ ਹੈ ਸਭ ਜਾਣਤੀ ਹੈ ਆ ਹੁਣ ਸ਼੍ਰੋਮਣੀ ਕਮੇਟੀ ਨੇ ਤੇ ਕਾਲੀ ਦਲ ਨੇ ਜਿਹੜੇ ਬੰਦੀ ਸਿੰਘ ਨੇ ਵਕ ਵਕ ਰਾਜਾਂ ਦੀ ਜੇਲ੍ਹਾਂ ਚ ਬੈਠੇ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਹੜੇ ਕਾਨੂੰਨ ਨੇ ਸਜ਼ਾ ਦਿੱਤੀ ਹੈ ਉਸੇ ਕਾਨੂੰਨ ਉਹ ਹੀ ਕਾਨੂੰਨ ਛੱਡ ਵੀ ਸਕਦਾ ਹੈ ਉਹਦੇ ਵਾਸਤੇ ਸਮੇਂ-ਸਮੇਂ ਤੇ ਜਿਹੜਾ ਮੰਗਉਠੀ ਦੀ ਰਹੀ ਹੈ ਸ਼੍ਰੋਮਣੀ ਕਾਲ ਦਲ ਤੇ ਕਾਂ ਨੇ ਬਾਦਲ ਕਿਆ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕਾਲ ਦਲ ਬਾਦਲ ਨੇ ਦਸਕਤ ਮੇ ਮਸ਼ਹੂਰ ਕੀਤੀ ਹੈ ਕਿਉਂ ਨੂੰ ਇਨਸਾਨਾ ਮਿਲਣਾ ਚਾਹੀਦਾ ਦਸਕਤ ਕਰੋ ਕੱਲ ਪਰ ਸਫਾਰਿਸ਼ ਪੜਦਾ ਸੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਸਕਤ ਕਰਤੇ ਉਹ ਮੈਂ ਕਹਾਂ ਜਦੋਂ ਤੇਰੇ ਦਸਕਤਾਂ ਦੀ ਕੀਮਤ ਪੈਂਦੀ ਸੀ ਮੁੱਲ ਪੈਂਦਾ ਸੀ ਉਦੋਂ ਤੱਕ ਕੀਤੇ ਨਹੀਂ ਹੁਣ ਤਾਂ ਮੈਂ ਪੈਰਾਂ ਦੇ ਗੂਠੇ ਲਾ ਦੇ ਹੁਣ ਕੀ ਕੌਣ ਪੁੱਛਦਾ ਦਸਕਤਾਂ ਨੂੰ ਉਹ ਜਦੋਂ ਦਸਕਤਾਂ ਦੀ ਵੈਲਿਊ ਸੀ ਜਦੋਂ ਬਾਜਪਾਈ ਦੇ ਨਾਲ ਸਾਂਝ ਸੀ ਉੱਥੇ ਮੰਤਰੀ ਸੀ ਤੁਹਾਡਾ ਮੁੰਡਾ ਉਦੋਂ ਤੁਸੀਂ ਸੈਂਟਰ ਨੂੰ ਕਹਿ ਕੇ ਉਹਨਾਂ ਰਾਜਾਂ ਦੇ ਪ੍ਰਤੀ ਲਿਖ ਸਕਦੇ ਸੀ ਉਹਨਾਂ ਰਾਜਾਂ ਨੂੰ ਸੈਂਟਰ ਦੇ ਥਰੂ ਸੈਂਟਰ ਤੋਂ ਲਿਖਵਾ ਸਕਦੇ ਸੀ ਹੁਣ ਜਦੋਂ ਦਸਕਤਾਂ ਦਾ ਹੀ ਕੋਈ ਮੁੱਲ ਨਹੀਂ ਰਿਹਾ ਤੁਸੀਂ ਦੱਸੋ ਹੁਣ ਪ੍ਰਕਾਸ਼ ਸਿੰਘ ਪਾਲ ਦੇ ਦਸਕਤਾਂ ਦਾ ਮੁੱਲ ਹੈ ਕੋਈ ਜਿੱਥੇ ਮਰਜ਼ੀ ਕਰਾ ਲਓ ਤਾਂ ਹੁਣ ਜਿੰਨਾ ਕਰ ਦਿਓ ਇਹ ਇਨੂੰ ਕਹਿੰਦੇ ਆ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ ਜਿਹੜੇ ਡਿਸੀਜਨ ਲੈਣੇ ਸੀ ਉਦੋਂ ਲੈ ਨਹੀਂ ਹੁਣ ਹੱਕ ਚ ਕਿਸਾਨਾਂ ਦੇ ਤਿੰਨੇ ਕਾਨੂੰਨ ਆਪ ਬੈਠੀ ਸੀ ਹਰ ਸਿਮਰਤ ਕੌਰ ਕੈਬਨਿਟ ਦੇ ਵਿੱਚ ਜਦੋਂ ਤਿੰਨੇ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਐ ਪੂਰਾ 2 ਮਹੀਨੇ ਸਾਰਾ ਟੱਬਰ ਬਦਲ ਕਾ ਇਹ ਸਾਬਤ ਕਰਨ ਤੇ ਲਾਈ ਗਿਆ ਬਹੁਤ ਵਧੀਆ ਕਾਨੂੰਨ ਨੇ ਨਾ ਨਾ ਐ ਐਮਐਸਪੀ ਨੂੰ ਕੋਈ ਖਤਰਾ ਨਹੀਂ ਤੋਮਰ ਵੀ ਇੱਥੇ ਬੁਲਾ ਲਿਆ ਪ੍ਰੈਸ ਕਾਨਫਰੰਸ ਕਰਾ ਲਈ ਇਹ ਤਾਂ ਉਹੀ ਜੁਰੀਆਂ ਨਾ ਮਾਰੀ ਜਾਂਦੀਆਂ ਨੇ ਗੱਲਾਂ ਹੋਰ ਤਾਂ ਹੋਰ ਕੁਝ ਕੁਦਰਤ ਐ ਨਾ ਕੋਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਜਾਂਦੇ ਹੋਏ ਵੱਡੇ ਬੱਦਲ ਦੀ ਵੀਡੀਓ ਵੀ ਫਵਾਤੀ ਬਹੁਤ ਵਧੀਆ ਨੇ ਕਾਨੂੰਨ ਇਹ ਹੁਣ ਵੀਡੀਓ ਤਾਂ ਨਹੀਂ ਡਿਲੀਟ ਹੁੰਦੀ ਜਦੋਂ ਪਤਾ ਲੱਗਿਆ ਕਿ ਲੋਕ ਜਿਹੜੇ ਉੱਠ ਕੇ ਖੜੇ ਹੋ ਗਏ ਇਹਨਾਂ ਕਾਨੂੰਨਾਂ ਦੇ ਵਿਰੁੱਧ ਉਦੋਂ ਅਸਤੀਫਾ ਦੇਤਾ ਇਹ ਫੇਰ ਵੇਲੇ ਦੇ ਕੰਮ ਕੁਵੇਲੇ ਦੀਆਂ ਟੱਕਰਾਂ ਉਦੋਂ ਕਹਿੰਦੇ ਅਸੀਂ ਇੱਧਰ ਆ ਲੋਕ ਕਹਿੰਦੇ ਹੋਣ ਨਹੀਂ ਇੱਧਰ ਹੋਣ ਨਹੀਂ ਜਾਣਾ ਸੋ ਇਸ ਕਰਕੇ ਇਹ ਜਿਹੜੀਆਂ ਇਸ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਆਪਣੇ ਫਾਇਦੇ ਲਏ ਉਹ ਤੋਂ ਬਾਅਦ ਲੋਕਾਂ ਨੂੰ ਕੁਝ ਹੋਰ ਦੱਸਿਆ ਅੰਦਰ ਸੈਨ ਕਿਤੇ ਹੋਰ ਕਰਕੇ ਆਏ ਆਮ ਆਦੀ ਪਾਰਟੀ ਕ腐ਪਸ਼ਨ ਦੇ ਖਿਲਾਫ ਇੱਕ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਹੈ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਤੀਜੀ ਵਾਰ ਸਰਕਾਰ ਹੈ अरविंद केजरीवाल जी ਦੀ ਗੁਵਾਈ ਹੈ ਪੂਰੇ ਦੇਸ਼ ਦੇ ਵਿੱਚ ਕ੍ਰਾਂਤੀਕਾਰੀ ਮੁੱਖ ਮੰਤਰੀ ਤੌਰ ਤੇ ਜਾਣੇ ਜਾਂਦੇ ਨੇ ਪਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਉੱਥੇ ਦੇਖ ਲਓ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਹੋਰ ਤਾਂ ਹੋਰ ਐਮਸੀਡੀਆਂ ਇਲੈਕਸ਼ਨਾਂ ਜਿੱਤੇ ਹੋਏ ਆ ਬਹੁਮਤ ਵੀ ਹੈ ਕਹਿੰਦੇ ਮੇਰ ਨਹੀਂ ਵੰਡ ਦੇਣਾ ਸੁਪਰੀਮ ਕੋਰਟ ਜਾਣਾ ਪਿਆ ਜੀ ਦੱਸੋ ਤਾਂ ਕਹੀ ਹੈ ਯਾਰ ਹੱਦ ਹੈ ਇਹ ਸਰਕਾਰਾਂ ਖੋਣੀਆਂ ਸਿੱਖ ਗਈ ਅਸਲ 'ਚ ਭਾਜਪਾਲੇ ਨਾ ਸਰਕਾਰ ਵੀ ਬਣਾਈ ਸਰਕਾਰ ਕਰਨਾਟਕਾ ਚ ਲੋਕਾਂ ਨੇ ਕਾਂਗਰਸ ਦੀ ਉਹਨਾਂ ਨੇ ਖੋਲ ਹੀ ਬਣਾਈ ਕਾਂਗਰਸ ਦੀ ਮੱਧ ਪ੍ਰਦੇਸ਼ ਚ ਉਹਨਾਂ ਨੇ ਖੋਲ ਹੀ ਹੱਥ ਜਿਆਦਾ ਇੱਧਰ ਨੂੰ ਹੀ ਪਾਉਂਦੇ ਸੀ ਪਰ ਆਪਾਂ ਕਹਤਾ ਇੱਧਰੋਂ ਵੀ ਆ ਜਿਓ ਕਹਿੰਦੇ ਨਹੀਂ ਫਿਰ ਇੱਧਰ ਨਹੀਂ ਜਾਂਦੇ ਹੋਣਾ ਹਾਂ ਸੋ ਇਹ ਇਹਨਾਂ ਨੂੰ ਆਤਾਂ ਪਈਆਂ ਹੋਈਆਂ ਸਰਕਾਰਾਂ ਖੋਣ ਦੀਆਂ ਲੋਕਤੰਤਰ ਲਈ ਬਹੁਤ ਖਤਰਨਾਕ ਹੈ ਸੋ ਮੈਂ ਇਹੀ ਗੱਲ ਕਹੂੰਗਾ ਕਿ ਇਹਨਾਂ ਦੋਨਾਂ ਨੇ ਬਹੁਤ ਵੱਡੇ ਵੱਡੇ ਨੁਕਸਾਨ ਕੀਤੇ ਆ ਪੰਜਾਬ ਦੇ 10-10 ਸਾਲ 10 ਸਾਲ ਉਹਨੇ ਰਾਜ ਕੀਤਾ 25 ਸਾਲ ਤਾਂ ਇਕੱਲੇ ਬਾਦਲਾਂ ਤੇ ਕੈਪਟਨਾਂ ਦਾ ਜੀ 25 ਸਾਲ ਉਸ ਘਰ ਦੇ ਵਿੱਚ ਕੋਈ ਵੜ ਨਹੀਂ ਦਿੱਤਾ ਆਮ ਲੋਕ ਜਿਹੜੇ ਆਏ ਹਸਾਬ ਕਿਤਾਬ ਕਰਨ ਨਹੀਂ ਆਏ ਬਸ ਨਾ ਕਦੇ ਸੈਕਟਰੀਏਟ ਗਏ ਨਾ ਕੋਈ ਕੋਈ ਇਹੋ ਜਿਹਾ ਸਮਝੌਤਾ ਕੀਤਾ ਵੀ ਮੇਰੇ ਕੋਲੇ ਆ ਜੇ ਸਮਝੌਤਾ ਵੀ ਆਹ ਇਹਦੇ ਨਾਲ ਪੰਜਾਬ ਨੂੰ ਫਾਇਦਾ ਹੁੰਦਾ ਹੋਊ ਰੋਜ਼ ਰੋਜ਼ ਚਾਰ ਪੰਜ ਸਮਝੌਤੇ ਕੈਨਸਲ ਕਰਨੇ ਪੈਂਦੇ ਨੇ ਨਾ ਨਾ ਉਹ ਇਹ ਪੰਜਾਬ ਤਾਂ ਮਾਰ ਦੇਣਗੇ ਇਹਦੇ ਨਾਲ ਤਾਂ ਇਹ ਉਹ ਕਹਿੰਦੇ ਜੇ ਤਾਂ ਸਾਈਨ ਕਰ ਗਏ ਐਵੇਂ ਕਿਵੇਂ ਕਰਗੇ ਪ੍ਰਭਾਵਸ ਲੈ ਲੈਣੇ ਸਾਈਨ ਸੋ ਥੋੜੀ ਸਰਕਾਰ ਹੈ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਮੰਨੋਗੇ ਤਾਂ ਪੰਜਾਬ ਰੰਗਲਾ ਬਣੂਗਾ ਕੋਈ ਗੰਦ ਪਾਉਂਦਾ ਤਾਂ ਉਹਨੂੰ ਰੋਕੋ ਕਿ ਨਹੀਂ ਯਾਰ ਇਹ ਨਾਲੇ ਨੂੰ ਆਪਾਂ ਵੱਡਾ ਦਰਿਆ ਬਣਾਉਣਾ ਹੈ ਇੱਜ ਗੰਦ ਨਾ ਸੁਟੋ ਯਾਰ ਬੜੀ ਮੁਸ਼ਕਲ ਨਾ ਉੱਥੇ 1900 ਕਰੋੜ ਰੁਪਇਆ ਲੱਗੇ ਉਹ ਆਪਣੀ ਪੈਸਾ ਲੱਗਿਆ ਰੋਕੋ ਉਹਨਾਂ ਨੂੰ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਹੈ ਕਿਸੇ ਤਹਿਸੀਲ 'ਚ ਕਿਸੇ ਹੋਰ ਆਫਿਸ 'ਚ ਦੱਸੋ ਸਾਨੂੰ ਹੁਣ ਮੈਂ ਇਕੱਲੇ-ਇਕੱਲੇ ਦਫ਼ਤਰ 'ਚ ਤਾਂ ਜਾ ਨਹੀਂ ਸਕਦਾ ਮੈਨੂੰ ਦੱਸ ਦੋ ਕਿ ਐਂ ਕਹਿੰਦਾ ਅਗਲੇ ਦਿਨ ਉਹ ਕੰਮ ਠੀਕ ਹੋ ਜਾਊਗਾ ਸਿਸਟਮ ਹੈ ਬਹੁਤ ਵੱਡੇ ਸਿਸਟਮ ਨਾਲ ਲੜਾਈ ਹੈ ਯਾਦ ਰੱਖਿਓ ਜਦੋਂ ਵੀ ਕੋਈ ਬੰਦਾ ਸਿਸਟਮ ਨੂੰ ਬਦਲਣ ਦੀ ਜਾਂ ਸਿਸਟਮ ਦੇ ਖਿਲਾਫ ਲੜਾਈ ਕਰਦਾ ਹੈ ਨਾ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਹੁੰਦੇ ਨੇ ਉਹ ਸਿਸਟਮ ਦੇ ਜਿਹੜੇ ਲਾਭਪਾਤਰੀ ਹੁੰਦੇ ਨੇ ਉਹ ਹਮੇਸ਼ਾ ਬਾਉਂਸ ਬੈਕ ਕਰਦੇ ਨੇ ਵੀ ਨਹੀਂ 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 ਇਹ ਨਹੀਂ ਬਦਲਣਾ ਚਾਹੀਦਾ ਤੋਂ ਥੋੜਾ ਜਿਹੀ ਕਰਦੇ ਨੇ ਫਿਰ ਪਹਿਲੀ ਦੁਨੀਆ ਦੀ ਪਹਿਲੀ ਰੇਲ ਗੱਡੀ ਤੇ ਦੁਨੀਆ ਦੇ ਪਹਿਲੇ ਜਹਾਜ਼ ਦਾ ਵੀ ਵਿਰੋਧ ਹੋਇਆ ਸੀ ਕਿ ਐਵੇਂ ਕਿਵੇਂ ਹਵਾ ਚੁਟਜਿਆ ਕਰਾਂਗੇ ਐਵੇਂ ਕਿਵੇਂ ਲੋਹੇ ਦੀਆਂ ਪੱਟੀਆਂ ਦੇ ਤੁਰਿਆ ਕਰਾਂਗੇ ਦੇਖੋ ਅੱਜ ਉਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਹੋਣੀਆਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੇ ਵਿਰੋਧ ਕੀਤਾ ਹੋਊਗਾ ਸੁਇਸ ਕਰਕੇ ਨਵੀਆਂ ਚੀਜ਼ਾਂ ਕਰ ਰਹੇ ਆਂ ਇੰਡਸਟਰੀ ਨੂੰ ਵੀ ਲੈ ਕੇ ਆ ਰਹੇ ਆਂ ਲੁਧਿਆਣਾ ਤਹਬਾ ਇੰਡਸਟਰੀ ਦੀ 23 24 ਨੂੰ ਇੰਡਸਟਰੀਅਲ ਸੱਭਮੇਟ ਹੈ ਕਰੋੜਾਂ ਰੁਪਈਆਂ ਦੇ ਜਿਹੜੇ ਇੰਡਸਟਰੀਲਿਸਟ ਜਿਹੜੇ ਨੇ ਉਹ ਆ ਰਹੇ ਨੇ ਕਰੋੜਾਂ ਰੁਪਈਆਂ ਦਾ ਪੈਸਾ ਲਾਉਣਗੇ ਪੈਸੇ ਨਾਲ ਨਾਲੇ ਤਾਂ ਰੋਜ਼ਗਾਰ ਮਿਲੂਗਾ ਨਾਲੇ ਪੰਜਾਬ ਨੂੰ ਜਿਹੜਾ GST ਜਾਂ ਹੋਰ ਟੈਕਸ ਮਿਲਣਗੇ ਪੰਜਾਬ ਦਾ ਖਜ਼ਾਨਾ ਭਰੂਗਾ ਸੋ ਮੈਂ ਇਹੀ ਚਾਹਨਾ ਕਿ ਜਾਣਾਂ ਤਾਂ ਦੁਨੀਆ ਤੋਂ ਹਰੇਕ ਨਹੀਂ ਹੈ ਆਪ ਬਜ਼ੁਰਗ ਬੈਠੇ ਮੇਰੇ ਸਾਹਮਣੇ ਮੇਰੇ ਦਾਦੇ ਦੀ ਉਮਰ ਦੇ ਮੇਰੇ ਬਾਪ ਦੀ ਉਮਰ ਦੇ ਜਾਣਾ ਹਰੇਕ ਨੇ ਬਾਰੀ ਕੋਈ ਪਤਾ ਨਹੀਂ ਕਿਹਦੀ ਕਦੋਂ ਆ ਜੇ ਪਰ ਮੈਂ ਇੰਨਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਇਹਨਾਂ ਬਜ਼ੁਰਗਾਂ ਦੇ ਦੁਨੀਆ ਤੇ ਜਾਣ ਤੋਂ ਪਹਿਲਾਂ ਇਹਨਾਂ ਦੀ ਅੱਖਾਂ ਨੂੰ ਮੈਂ ਦਿਖਾ ਦੂੰਗਾ ਕਿ ਸਾਡਾ ਪਰਿਵਾਰ ਤੇ ਸਾਡਾ ਪੰਜਾਬ ਪਟੜੀ ਤੇ ਚੜ ਗਿਆ ਔਰ ਉਹਦੇ ਵਾਸਤੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਉਂਕਿ ਆਲੇ ਦੁਆਲੇ ਤਾਂ ਸਾਰੇ ਵਿਰੋਧੀ ਕਰਨ ਵਾਲੇ ਨੇ ਆਲੋਚਨਾ ਹੀ ਕਰਨ ਵਾਲੇ ਨੇ ਉਹ ਵੀ ਉਹ ਵੀ ਪਰਸਨਲ ਵੀ ਕਰ ਲੈਂਦੇ ਕਰ ਲੈਣ ਦੇ ਕੋਈ ਨੀ ਗਾਲਾਂ ਕੱਢ ਲੈਣ ਦਿਓ ਮੈਨੂੰ ਜੇ ਉਹਨਾਂ ਨੂੰ ਮੈਨੂੰ ਗਾਲਾਂ ਕੱਢ ਕੇ ਜੇ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ ਕੱਢ ਲੈਣ ਦਿਓ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤਾਂ ਇਹ ਕੰਮ ਜਾਰੀ ਰੱਖੂਗਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਉਹ ਵਿਸ਼ਵਾਸ ਜਿਹੜਾ ਹੈ ਉਹ ਟੁੱਟਣ ਨਹੀਂ ਦੇਣਾ ਮੈਂ ਦੀਵਾ ਹਾਂ ਮੈਂ ਦੀਵਾ ਹਾਂ ਇਹ ਗੱਲ ਬਿਲਕੁਲ ਸਾਫ਼ ਹੈ ਮੇਰੀ ਲੜਾਈ ਤਾਂ ਨੇਰਿਆਂ ਨਾਲ ਹੈ ਹਵਾਵਾਂ ਤਾਂ ਬੇਵਜਾ ਹੀ ਮੇਰੇ ਖਿਲਾਫ ਹੈ ਬਹੁਤ ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ